ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਜੀ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ, ਚੜ੍ਹਦੀ ਕਲਾ 'ਚ ਰੱਖਣ, ਸਵਾਗਤ ਕਰਦੇ ਹਾਂ ਜੀ ਤੁਹਾਡਾ ਬੇਬੀ ਵਾਟ ਫੈਮਿਲੀ ਵਿੱਚ। ਲਓ ਜੀ, 10:30 ਵਜੇ ਦਾ ਟਾਈਮ ਆ, ਸੰਡੇ ਦਾ ਦਿਨ ਸੀ, ਮੰਮੀ ਹੋਣੀ ਚੱਲੇ ਸੀਗੇ ਇੱਥੇ ਭੋਗ 'ਤੇ, ਜਿਹੜੀ ਉੱਦਣ ਡੈਡੀ ਜੀ ਦੇ ਮਾਮਾ ਜੀ ਦੀ ਨੂੰਹ ਦੀ ਡੈਥ ਹੋਈ ਸੀ ਨਾ, ਉਹਨਾਂ ਦਾ ਭੋਗ ਸੀ ਅੱਜ। ਮੰਮੀ, ਡੈਡੀ, ਚਾਚੀ ਜੀ ਹੋਣੀ, ਉੱਧਰੋਂ ਤਾਈ ਚਾਚੀਆਂ ਸਾਡੀਆਂ ਸਾਰੀਆਂ ਇਕੱਠੇ ਹੀ ਚੱਲੇ ਸੀਗੇ। ਅਤੇ ਉਸ ਤੋਂ ਬਾਅਦ ਮੈਂ ਕਰੇ ਸਾਰੇ ਘਰ ਦੇ ਕੰਮ ਕਾਰ, ਫਿਰ ਉਦੋਂ ਬਾਅਦ ਅੱਜ ਸੰਡੇ ਦਾ ਦਿਨ ਸੀ, ਯੂ ਵੀ ਘਰੇ ਸੀਗਾ ਜੀ, ਥੋੜ੍ਹੀ ਜਿਹੀ ਕਰੀ ਰੈਸਟ। ਅਤੇ ਉਸ ਤੋਂ ਬਾਅਦ ਆ ਹੈਗਾ 2 ਵਜੇ ਦਾ ਟਾਈਮ, ਯੂ ਵੀ ਕਹਿੰਦਾ ਮੰਮਾ ਨਮਕੀਨ ਚਾਵਲ ਬਣਾ ਲਓ, ਵੀ ਅੱਜ ਉਹ ਖਾਵਾਂਗੇ। ਮੈਂ ਕਿਹਾ ਚੱਲ ਠੀਕ ਆ, ਉਹ ਬਣਾ ਲੈਂਦੇ ਹਾਂ। ਇੱਥੇ ਲੱਗੀ ਹੋਈ ਸੀ ਮੈਂ ਉਹ ਚਾਵਲਾਂ ਦੀ ਉਹ ਤਿਆਰੀ ਕਰਨ ਨਮਕੀਨ ਦੀ। ਅਤੇ ਇੱਕ ਭੈਣ ਦੀ ਬੇਟੀ ਪਰਮਜੀਤ ਦੇਵੀ ਦੀ ਬੇਟੀ ਖੁਸ਼ੀ ਠਾਕੁਰ ਦਾ ਹੈਗਾ ਜੀ ਅੱਜ ਬਰਥਡੇ, ਹਰੀਪੁਰ ਪੱਟਾ ਤੋਂ ਨੇ ਉਹ। ਹੈਪੀ ਬਰਥਡੇ ਖੁਸ਼ੀ ਬੇਟਾ, ਗੋਡ ਬਲੈਸ ਯੂ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ, ਚੜ੍ਹਦੀ ਕਲਾ 'ਚ ਰੱਖਣ ਜੀ। ਆਪਣੀ ਜ਼ਿੰਦਗੀ 'ਚ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ, ਅਤੇ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਵਧੀਆ ਗੁਜ਼ਰੇ। ਅਤੇ ਇੱਕ ਭੈਣ ਨੇ ਜੀ ਨਾਮ ਲੈਣ ਨੂੰ ਜਿਹੜੀਆਂ ਕਹਿੰਦੀਆਂ ਸੀਗੀਆਂ, ਬਿੰਦਰ ਸਿੰਘ ਦੀ ਆਈਡੀ ਤੋਂ ਸੰਦੀਪ ਕੌਰ ਬਾਟ, ਥੈਂਕ ਯੂ ਸੋ ਮੱਚ ਜੀ। ਪਰਵਿੰਦਰ ਕੌਰ ਟਿਵਾਣਾ, ਥੈਂਕ ਯੂ ਸੋ ਮੱਚ ਜੀ। ਅਤੇ ਇੱਕ ਭੈਣ ਸੀ ਜੀ ਹਰਪ੍ਰੀਤ ਬਰਾਰ, ਅਤੇ ਗੁਰਜੰਟ ਸਿੰਘ ਦੀ ਆਈਡੀ ਤੋਂ, ਉਹਦੀ ਦੋਨੇ ਪੁੱਛਦੀਆਂ ਸੀਗੀਆਂ ਸਲਵਾਰਾਂ ਬਾਰੇ ਪੁੱਛਦੇ ਸੀ, ਇੱਕ ਦੋ ਭੈਣਾਂ ਹੋਰ ਵੀ ਪੁੱਛਣੀਆਂ ਸੀ, ਨਾਮ ਮੇਰੇ ਯਾਦ ਨਹੀਂ ਹੈਗੇ ਜੀ। ਅਤੇ ਉਹ ਸੂਟ ਬਾਰੇ ਵੀ ਪੁੱਛ ਰਹੇ ਸੀ ਜਿਹੜਾ ਮੈਂ ਪੱਗ ਗਈ ਸੀਗੀ ਮੈਰਿਜ 'ਤੇ ਉੱਦਣ, ਉਹਦੀ ਵੀ ਡਿਟੇਲ ਕੋਲੋਂ ਪੁੱਛ ਰਹੇ ਸੀ, ਅਤੇ ਸਲਵਾਰਾਂ ਬਾਰੇ ਵੀ। ਸਲਵਾਰਾਂ ਦੇਖੋ ਜੀ, ਵਰਕ ਵਾਲੀਆਂ ਨੇ ਜਿਹੜੀਆਂ, ਇੱਕ ਦੋ ਪ੍ਰਕਾਰ ਨਾਲ ਸਿਉਂਤੀਆਂ ਜਾਂਦੀਆਂ ਨੇ, ਜਿਵੇਂ ਕਈ ਵਰਕ ਵਾਲੀ ਸਲਵਾਰ ਦੀ ਮੂਰੀ ਵੀ ਲੋਕ ਬਣਾ ਲੈਂਦੇ ਨੇ, ਕਈ ਭੈਣਾਂ ਮੇਰੀਆਂ ਵਰਕ ਵਾਲੀ ਸਲਵਾਰ ਦੀ ਮੂਰੀ ਨਹੀਂ ਬਣਾਉਂਦੀਆਂ, ਉਹ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਡਿਟੇਲ 'ਚ ਪੂਰਾ ਕੋਲੋਂ ਦੱਸ ਕੇ ਦਿਖਾ ਕੇ ਐਕਸਪਲੇਨ ਕਰਦੀ ਹਾਂ ਵੀਡੀਓ 'ਚ, ਬਣੇ ਰਹੋ ਨਾਲ ਨਾਲ, ਵੀ ਕਿੰਨੇ ਪ੍ਰਕਾਰ ਨਾਲ ਸਲਵਾਰ ਆਪਾਂ ਸਿਲਾਈ ਵਾਲੀ ਆ ਜਿਹੜੀ ਉਹ ਸਿਉਂ ਸਕਦੇ ਹਾਂ, ਹੈ ਨਾ, ਐਨ ਚੰਗੀ ਤਰ੍ਹਾਂ ਦੱਸਦੀ ਹਾਂ ਤੁਹਾਨੂੰ। ਲਓ ਜੀ, ਮੈਂ ਯੁਵਰਾਜ ਨਾ ਕੇ ਆਈ, ਟੇਕੇ ਆਈ ਹਾਂ ਮੱਥਾ ਸ਼ਹੀਦਾਂ ਬਾਬਿਆਂ ਦਾ, ਹੁਣ ਤਾਂ ਸਕੂਟਰ 'ਤੇ ਜਾ ਕੇ ਆਉਣ, ਵਧੀਆ ਮੱਥਾ ਟਿਕਾ ਲਿਆ ਉਹਦਾ, ਮੈਂ ਕਿਹਾ ਚੱਲ ਇਹਨੇ ਜਾਣਾ ਹੀ ਸੀ, ਮੈਂ ਕਿਹਾ ਮੇਰਾ ਟਿਕਾ ਲਿਆ, ਅਸੀਂ ਮੈਂ ਉੱਧਰ ਰੱਖਦੀ ਹਾਂ। ਅਤੇ ਮੰਮੀ ਹੁਣੇ ਆ ਗਏ ਸੀਗੇ ਭੋਗ ਤੋਂ ਟਾਈਮ ਨਾਲ, 2:30 ਵਜੇ ਆ ਗਏ ਮੰਮੀ, ਮੈਂ ਕਹਿੰਦੀ ਤੁਸੀਂ ਹੈ ਨਾ ਇੱਥੇ ਲਿਆਏ ਸੀ ਨਾਲ ਜਲੇਬੀਆਂ, ਦੇਖੋ ਜੀ ਆਹ ਦੇਖੋ ਜਲੇਬੀਆਂ, ਐਨ ਉਹ ਨੇ ਕੁਰਕੁਰੀਆਂ ਜਿਹੀਆਂ ਨੇ, ਕੈੜੀਆਂ ਕੈੜੀਆਂ ਬੜੀਆਂ ਟੇਸਟੀ ਨੇ, ਕਿਉਂਕਿ ਦੇਖੋ ਜੀ ਕਈ ਪਿੰਡਾਂ 'ਚ ਤਾਂ ਰਿਵਾਜ਼ ਆ ਹੈ ਨਾ, ਇਹ ਹਟ ਗਏ ਹੁਣ, ਯੂ ਵੀ ਸਗੋਂ ਉਹਨੂੰ ਅਜੀਬ ਲੱਗ ਰਿਹਾ। ਉਹ ਕਹਿੰਦਾ ਮੰਮਾ ਇੱਕ ਤਾਂ ਅਗਲੇ ਦਾ ਬੰਦਾ ਇੱਕਣ ਹੋ ਜਾਂਦਾ ਵੀ ਹੈ ਨਾ, ਮਰ ਜਾਂਦਾ ਵੀ ਉੱਪਰ 'ਚ ਹੀ ਜਲੇਬੀਆਂ ਪਕੌੜੇ ਖਿਲਾਉਂਦੇ ਹੋ। ਮੈਂ ਕਿਹਾ ਪੁੱਤ ਆਪਣੇ ਆਪਣੇ ਪਿੰਡਾਂ ਦੇ ਰਿਵਾਜ਼ ਹੁੰਦੇ ਸੀ, ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੇ ਸੀਗੇ, ਮੈਂ ਕਹਿੰਦੀ ਇਹ ਰਿਵਾਜ਼ ਹੈ ਨਾ, ਹੁਣ ਤਾਂ ਜੀ ਕਾਫੀ ਜ਼ਿਆਦਾ ਘੱਟ ਗਏ ਵੀ ਜਲੇਬੀਆਂ ਦਿੰਦੇ ਆ, ਜਾਂ ਕੋਈ ਇੱਥੇ ਸਾਡੇ ਪਿੰਡ ਤਾਂ ਜੀ ਜੁਰਮਾਨਾ, ਨਾ ਕੋਈ ਪਕੌੜੇ ਪਕੂੜੇ ਬਣਾ ਸਕਦਾ ਆਪਣੇ ਪਿੰਡ ਇਹੋ ਜਿਹੇ ਕੁਛ। ਗੁਰਦੁਆਰਾ ਸਾਹਿਬ ਐਨ ਸਿੰਪਲ ਲੰਗਰ ਚਲਾਉਂਦੇ ਨੇ ਲਾਈਨਾਂ 'ਚ ਬੈਠ ਕੇ, ਠੀਕ ਹੈ ਜੀ, ਮਿੱਠਾ ਪਾ ਲਓ ਊਂ, ਜਿਵੇਂ ਪ੍ਰਸ਼ਾਦ ਪਾ ਲੈਂਦੇ ਨੇ, ਜਿਵੇਂ ਹਲਵਾ ਹੁਲਵਾ ਕਈ ਲੋਕ ਹੈ ਨਾ ਖੀਰ ਬਣਾ ਲੈਂਦੇ ਨੇ, ਉੱਦਾਂ ਵੀ ਆਹ ਪਕੌੜੇ ਪਕੂੜਿਆਂ ਦਾ ਜਿਹੜਾ ਕੋਈ ਬਣਾਊਗਾ ਫਿਰ ਉਹ ਜੁਰਮਾਨਾ ਦਊਗਾ, ਫਿਰ ਉਸ ਤੋਂ ਬਾਅਦ ਹੀ ਬਣਾ ਸਕਦਾ ਹੈ ਨਾ। ਵੀ ਇਹ ਕਈ ਪਿੰਡਾਂ ਦੇ, ਉਹਨਾਂ ਦੇ ਪਿੰਡ ਮੰਮੀ ਕਹਿੰਦੀ ਰਿਵਾਜ਼ ਸੀਗਾ। ਜਲੇਬੀ ਖਾਓ ਜੀ ਤੁਸੀਂ ਵੀ, ਲਓ ਤੁਹਾਨੂੰ ਵੀ ਖਿਲਾ ਦਾ। ਮੰਮੀ ਕੜੀ ਲੱਗੀ ਕਿਵੇਂ ਲੱਗੀ? ਕੜੀ ਕੌੜੀ ਨੂੰ ਹੈ ਨਾ, ਲੈਣੀ ਤੂੰ ਐਪਲ, ਲੈ ਐਪਲ ਲਿਆ ਦੇ। ਜੋ ਤੂੰ ਕੀ ਕਹਿੰਦਾ ਸੀਗਾ ਵੀ ਇੱਕ ਤਾਂ ਅਗਲੇ ਦਾ ਬੰਦਾ ਮਰ ਜਾਂਦਾ, ਦੱਸ ਪੁੱਤ ਕੋਈ ਗੱਲ ਨੀ, ਦੱਸੀ ਦੱਸ, ਹੁਣ ਸ਼ਰਮ ਆ ਗਿਆ। ਜਾਂ ਪਹਿਲਾਂ ਕਹਿੰਦਾ ਸੀਗਾ, ਕਹਿੰਦਾ ਮੰਮਾ ਮੈਨੂੰ ਤਾਂ ਸਭ ਤੋਂ ਬੇਕਾਰ ਰਿਵਾਜ਼ ਲੱਗਦਾ ਹੈ ਨਾ, ਇਹ ਤਾਂ ਕਹਿੰਦਾ ਸੀ ਨਾ ਵੀ ਇੱਕ ਤਾਂ ਅਗਲੇ ਨੂੰ ਦੁੱਖ ਹੁੰਦਾ, ਇੱਕ ਉੱਪਰ 'ਚ ਇਹੋ ਜਿਹਾ ਕੰਮ ਕਰਦੇ ਸੱਚੀ ਗੱਲ ਆ। ਹੁਣ ਤਾਂ ਵਧੀਆ ਜੀ, ਅੱਜ ਕੱਲ੍ਹ ਦੇ ਬੱਚੇ ਇਹ ਚੀਜ਼ਾਂ ਨਹੀਂ ਮੰਨਦੇ ਹੈਗੇ,
ਉਧਰੋਂ ਬੰਦਾ ਮਰਿਆ ਹੋਇਆ, ਉਧਰੋਂ ਤੁਸੀਂ ਜਲੇਬੀਆਂ ਖਿਲਾਉਣੀਆਂ, ਬੇਬੇ ਜਲੇਬੀਆਂ ਖਿਲਾ ਗਈਆਂ ਹਣੀ ਮਨਜੋਤ ਕੌਰ ਦੀ ਆਈ ਡੀ ਤੋਂ ਵੀ ਦੀਦੀ ਕਹਿ ਰਹੇ ਸੀਗੇ ਵੀ ਤੁਸੀਂ ਇਹਦੀ ਕਿਵੇਂ ਸਿਲਾਈ ਕਰਦੇ ਹੋ, ਜਿਵੇਂ ਵਰਕ ਵਾਲੀ ਦੀ, ਲਾਈਨਿੰਗ ਵਾਲੀ ਦੀ, ਹਨਾ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਵਰਕ ਵਾਲੀਆਂ ਸਲਵਾਰਾਂ ਵੀ ਆਪਾਂ ਕਿਵੇਂ ਸਿਲਾਈ ਕਰਦੇ ਹਾਂ, ਉਹਨੂੰ ਕਿਵੇਂ ਕਰਨਾ ਚਾਹੀਦਾ, ਲਾਈਨਿੰਗ ਵਾਲੀਆਂ ਵੀ, ਅਨਲਾਈਨਿੰਗ ਵਾਲੀਆਂ ਵੀ, ਠੀਕ ਆ ਜੀ, ਸਿੰਪਲ ਵੀ। ਮੈਂ ਤੁਹਾਨੂੰ ਦੋਨੇ ਤਰ੍ਹਾਂ ਦੀਆਂ ਸਲਵਾਰਾਂ ਦਿਖਾਉਂਦੀ ਹਾਂ। ਐਪਲ ਦੇ ਦਾਂ ਪਹਿਲਾਂ ਜੁਗੀ ਨੂੰ ਕੱਟ ਕੇ। ਲਓ ਜੀ, ਇੱਥੇ ਕਈ ਭੈਣਾਂ ਨੇ ਜੀ ਆਪਾਂ ਨੂੰ ਕਿਹਾ ਸੀਗਾ ਵੀ ਸਲਵਾਰਾਂ ਤੁਸੀਂ ਵਰਕ ਵਾਲੀਆਂ ਕਿਵੇਂ ਸਿਲਾਉਂਦੇ ਹੋ ਦੀਦੀ, ਹਨਾ। ਜਿੱਦਣ ਮੈਂ ਸਲਵਾਰਾਂ ਦੇ ਡਿਜ਼ਾਇਨਾਂ ਦੀ ਵੀਡੀਓ ਪਾਈ ਸੀ, ਉੱਦਾਂ ਵੀ ਕਈ ਭੈਣਾਂ ਦੇ ਉੱਦਣ ਵੀ ਮੈਸੇਜ ਆਏ ਸੀਗੇ ਵੀ ਜਿਵੇਂ ਲਾਈਨਿੰਗ ਵਾਲੀ ਸਲਵਾਰ ਲੱਗੀ ਹੋਈ ਆ ਜਾਂ ਮੂਰੀ ਕਿਵੇਂ ਬਣਵਾਉਂਦੇ ਹੋ ਤੁਸੀਂ। ਫਿਰ ਉਹ ਮੈਂ ਥੋੜ੍ਹੇ ਜਿਹੇ ਤੁਹਾਨੂੰ ਡਿਟੇਲ 'ਚ ਸਲਵਾਰ ਦਿਖਾਉਂਦੀ ਹਾਂ, ਹਨਾ। ਵੀ ਕਈ ਭੈਣਾਂ ਕਹਿੰਦੇ ਸੀਗੇ ਤੁਸੀਂ ਕੋਲੋਂ ਦਿਖਾ ਦਿਓ, ਕਈ ਵਾਰ ਇਹ ਹੁੰਦਾ ਵੀ ਆਪਾਂ, ਹਨਾ, ਜਿਵੇਂ ਕੋਲ ਇਕੱਲੀ ਹੁੰਦੀ ਹਾਂ ਬੈਠ ਕੇ ਵੀਡੀਓ ਬਣਾਉਣੀ ਆ ਤਾਂ ਮੈਂ ਤਾਂ ਕੋਲੋਂ ਨਹੀਂ ਸ਼ੋਅ ਹੁੰਦਾ, ਤਾਂ ਕਰਕੇ ਆਪਾਂ ਥੋੜ੍ਹੀ ਜਿਹੀ ਮੈਂ ਕਿਹਾ ਤੁਹਾਨੂੰ ਡਿਟੇਲ 'ਚ ਦੱਸਾਂ ਵੀ ਕਿਵੇਂ ਸਲਵਾਰਾਂ ਦੀ ਸਿਲਾਈ ਕਰਨੀ ਚਾਹੀਦੀ ਹੈ, ਹਨਾ। ਜਿਹੜੀ ਵਰਕ ਵਾਲੀ ਸਲਵਾਰ ਹੁੰਦੀ ਹੈ ਜ਼ਿਆਦਾਤਰ ਇਹ ਪਾਕਿਸਤਾਨੀ ਸਲਵਾਰ ਕਹਿੰਦੇ ਹਾਂ, ਜਿਹਨੂੰ ਆਪਾਂ ਜੱਟ ਸਟੇਟ ਸਲਵਾਰ ਕਹਿੰਦੇ ਹਾਂ, ਉਹਦੇ 'ਤੇ ਹੀ ਜ਼ਿਆਦਾ ਵਧੀਆ ਲੱਗਦਾ ਹੈ। ਕਿਉਂਕਿ ਜੇ ਦੇਖੋ ਆਪਾਂ ਹੈਵੀ ਸਲਵਾਰ ਬਣਾ ਲਾਂਗੇ ਤਾਂ ਹੈਵੀ ਦੇ ਵਿੱਚ ਬਲ ਜੀ ਅਤੇ ਬਲ ਨੀਚੇ ਜ਼ਿਆਦਾ ਪੈਣੇ ਨੇ, ਫਿਰ ਉਹ ਵਰਕ ਕਿਤੇ ਨਾ ਕਿਤੇ ਲੁਕ ਜਾਂਦਾ, ਨੀਚੇ ਨੂੰ ਹੋ ਜਾਂਦੀ ਹੈ, ਸਲਵਾਰ ਨੀਵੀਆਂ ਹੁੰਦੀਆਂ ਨੇ। ਜਿਹੜੀ ਪਾਕਿਸਤਾਨੀ ਜਾਂ ਸਟੇਟ ਸਲਵਾਰ ਹੁੰਦੀ ਉਹ ਥੋੜ੍ਹੀ ਜਿਹੀ ਨੋਰਮਲ ਸਲਵਾਰ ਨਾਲੋਂ ਆਪਾਂ ਜਿਵੇਂ ਇੰਚੇ ਲਾ ਲਓ ਚਾਹੇ ਥੋੜ੍ਹੀ ਜਿਹੀ ਉੱਚੀ ਰੱਖਦੇ ਹਾਂ, ਹਨਾ, ਵੀ ਉੱਦਾਂ ਉਹਦੀ ਗ੍ਰੇਸ ਵੱਧ ਵਧੀਆ ਲੱਗਦੀ ਆ। ਵੀ ਫਿਰ ਉਹ ਮੂਰੀ 'ਤੇ ਐਨ ਵਰਕ ਜਾਂ ਜੋ ਵੀ ਆਪਾਂ ਲੇਸ ਹੋ ਗਿਆ, ਵਰਕ ਹੋ ਗਿਆ, ਜਾਂ ਆਪਾਂ ਕੋਈ ਵੀ ਡਿਜ਼ਾਇਨਿੰਗ ਸਲਵਾਰ 'ਤੇ ਕਰਦੇ ਹਾਂ ਤਾਂ ਉਹ ਦਿਖਦੀ ਰਹਿੰਦੀ ਹੈ, ਹੈ ਨਾ। ਅਤੇ ਆਹ ਸੀਗੀ ਜੀ ਆਪਣੀ ਵਾਈਟ ਸਲਵਾਰ, ਇਹਦੇ ਥੱਲੇ ਲਾਈਨਿੰਗ ਨਹੀਂ ਹੈਗੀ, ਇਹ ਸਿਰਫ ਮਸ਼ਲੀਨ ਦੀ ਸਲਵਾਰ ਆ, ਠੀਕ ਹੈ ਜੀ। ਇਹਦੇ 'ਤੇ ਇੱਦਾਂ ਵਰਕ ਹੋਇਆ ਹੋਇਆ ਦੇਖੋ, ਉਸ ਦਿਨ ਮੈਨੂੰ ਇਹ ਸੀ, ਇਸ ਅੱਜ ਮੈਂ ਫਰੰਟ ਕੈਮਰੇ 'ਤੇ ਤੁਹਾਨੂੰ ਦਿਖਾਉਣ ਲੱਗੀ ਹਾਂ ਤਾਂ ਹੀ। ਆਹ ਦੇਖੋ ਜੀ, ਸਿੰਪਲ ਆ, ਬਸ ਜਿਵੇਂ ਵਰਕ ਹੋਇਆ ਹੋਇਆ ਸੀਗਾ ਸਲਵਾਰ 'ਤੇ, ਅਤੇ ਨੀਚੇ ਆਪਾਂ ਉੱਦਾਂ ਹੀ ਬੁਕਰਮ ਵਗੈਰਾ ਲਗਵਾਈ ਹੈ, ਦੇਖੋ ਸੀਣਾ ਲਗਵਾ ਲਈਆਂ ਪਰ ਸਕਰੋਲ ਵਗੈਰਾ ਨਹੀਂ ਮਾਰੇ ਹੈਗੇ ਵਿੱਚ, ਹੈ ਨਾ। ਉੱਦਾਂ ਹੀ ਬਸ ਸਿੰਪਲ ਜਿਹੇ ਤਰੀਕੇ ਨਾਲ ਨੀਚੇ ਬੁਕਰਮ ਲਗਾ ਕੇ, ਸਿੰਪਲ ਜਿਹੇ ਲਾਈਨਿੰਗ ਵਗੈਰਾ ਇਹਦੇ ਵਿੱਚ ਕੁਝ ਨਹੀਂ ਹੈਗੀ, ਸਿਰਫ ਸਿੰਪਲ ਸਲਵਾਰ ਹੈ। ਜਿਵੇਂ ਲਾਈਨਿੰਗ ਲਾਉਣੀ ਹੈ ਤਾਂ ਉਹ ਵੀ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ, ਠੀਕ ਹੈ ਜੀ। ਇਹ ਇੱਦਾਂ ਹੀ ਆ, ਅਤੇ ਇਹ ਸਟੇਟ ਸਲਵਾਰ ਆ, ਪਰ ਇਹਦੇ ਵਿੱਚ ਮੇਰੇ ਕੁੰਦੇ ਪਵਾਏ ਹੋਏ ਨੇ। ਤੁਸੀਂ ਚਾਹੋ ਤਾਂ ਤੁਸੀਂ ਸਟੇਟ ਸਲਵਾਰ ਵਿੱਚ ਕੁੰਦੇ ਪਵਾ ਲਓ, ਚਾਹੋ ਤਾਂ ਸਿੰਪਲ ਰਖਾ ਲਓ, ਕਿਉਂਕਿ ਕੁੰਦੇ ਦਾ ਮਤਲਬ ਇਹ ਵੀ ਜੇ ਆਪਾਂ ਕੁੰਦੇ ਪਵਾਉਣੇ ਨਹੀਂ, ਉਹ ਮੀਡੀਅਮ ਜਿਹੀ ਹੋ ਜਾਂਦੀ ਹੈ, ਨਾ ਜ਼ਿਆਦਾ ਸਟੇਟ ਰਹਿੰਦੀ ਆ, ਹੈਵੀ ਨਾ ਪਵਾਵੋ ਜੀ। ਪੱਟ ਜਿਹੜਾ ਹੁੰਦਾ ਸਲਵਾਰ ਦਾ ਉਹ ਥੋੜ੍ਹਾ ਘੱਟ ਰੱਖ ਲਓ, ਕੁੰਦੇ ਵੀ ਥੋੜ੍ਹੀ ਚੜਾਈ ਘੱਟ ਰੱਖ ਲਓ, ਨੋਰਮਲ ਜਿਹੀ ਰੱਖ ਲਓ, ਜਿਹੜੀ ਹੈਵੀ ਆਪਾਂ ਬਣਾਉਂਦੇ ਹਾਂ ਉਹ ਨਾ ਬਣਾਓ। ਇੱਦਾਂ ਸਿੰਪਲ ਸੀਗੀ ਜੀ ਬਸ ਇਹ। ਅਤੇ ਇੱਕ ਤਰੀਕਾ ਹੁੰਦਾ ਜੀ ਸਲਵਾਰ ਦਾ ਵਰਕ ਵਾਲੀ ਦਾ, ਉਹ ਤਰੀਕਾ ਤੁਹਾਨੂੰ ਦਿਖਾਤਾ ਵੀ ਆਪਾਂ ਬੁਕਰਮ ਵਗੈਰਾ ਲਾ ਕੇ ਸਿੰਪਲ ਤਰੀਕੇ ਨਾਲ ਉੱਦਾਂ ਹੀ ਬਣਾ ਸਕਦੇ ਹਾਂ ਜਿਵੇਂ ਆਪਾਂ ਬਣਾਉਂਦੇ ਹਾਂ। ਅਤੇ ਇੱਕ ਤਰੀਕਾ ਜੀ ਸਲਵਾਰ ਵਰਕ ਵਾਲੀ ਦਾ, ਦੇਖੋ ਆਹ ਤਰੀਕੇ ਨਾਲ ਬਣਾਈ ਹੋਈ ਆ, ਇਹਦੇ ਵਿੱਚ ਕੋਈ ਨੀਚੇ ਬੁਕਰਮ ਨਹੀਂ ਲਗਾਈ, ਸਿਰਫ ਜਿਵੇਂ ਆਪਣਾ ਪੈਂਟ ਪਲਾਜ਼ੋ ਬਣਿਆ ਹੁੰਦਾ ਉੱਦਾਂ ਹੀ ਉੱਤੋਂ ਸ਼ੇਪ ਸਾਰੀ ਸਲਵਾਰ ਦੀ ਦੇਤੀ ਆਪਾਂ, ਜਿਵੇਂ ਬੈਲਟ ਵਗੈਰਾ ਉੱਦਾਂ ਹੀ ਸਾਰਾ ਕੁਛ ਪਾਇਆ ਹੋਇਆ, ਦੇਖੋ ਬੈਲਟ ਵੀ ਪਾਇਆ ਹੋਇਆ ਅਤੇ ਉੱਦਾਂ ਹੀ ਬਲ ਵੀ ਪਾਏ ਹੋਏ ਨੇ। ਬਸ ਸਿਰਫ ਇਹਦਾ ਇਹ ਆ ਵੀ ਆਪਾਂ ਨੀਚੇ ਬੁਕਰਮ ਵਗੈਰਾ ਕੁਛ ਨਹੀਂ ਲਾਈ, ਸਿਰਫ ਵਰਕ ਕੇ ਰੱਖੇ ਆ, ਉੱਦਾਂ ਹੀ ਸਿੰਪਲ ਜਮਾਂ ਹੀ ਜਿਵੇਂ ਆਪਾਂ ਪਲਾਜੋ ਸਿਉਂਦੇ ਹਾਂ ਉੱਦਾਂ ਹੀ ਸਿਉਂਤਾ ਹੋਇਆ। ਇਹਦੇ ਵਿੱਚ ਲਾਈਨਿੰਗ ਵਗੈਰਾ ਕੁਛ ਨਹੀਂ, ਕਰੇਬ ਦੀ ਸਲਵਾਰ ਆ, ਬਸ ਸਿੰਪਲ ਦੇ ਤਰੀਕੇ ਨਾਲ ਵੀ ਦੇਖੋ ਬਣਾਈ ਹੋਈ ਆ, ਇੱਦਾਂ ਜੀ, ਠੀਕ ਆ ਜੀ। ਅਤੇ ਇੱਕ ਭੈਣ ਪੁੱਛ ਰਹੀ ਸੀ ਵੀ ਤੁਸੀਂ ਸਲਵਾਰਾਂ ਵਿੱਚ ਇਲਾਸਟਿਕ ਪਾਈ ਹੋਈ ਆ, ਹਾਂਜੀ ਦੀਦੀ,
ਇਹ ਪੈਂਟ ਪਲਾਜ਼ੋ ਮੰਗੋ ਜੀ, ਜਿੰਨੀ ਆਪਾਂ ਨੋਰਮਲ ਆਪਣੀ ਬੈਲਟ ਰੱਖਦੇ ਹਾਂ, ਚੌਵੀ ਰੱਖਦੇ ਹੋ, 22 ਰੱਖਦੇ ਹੋ, ਜਿਵੇਂ ਵੀ ਤੁਸੀਂ ਆਪਣੇ ਲੱਕ ਦੇ ਹਿਸਾਬ ਨਾਲ ਰੱਖਦੇ ਹੋ, ਤਾਂ ਬਸ ਜਿਵੇਂ ਨੇਫੇ ਦੀ ਜਗ੍ਹਾ ਉੱਦਾਂ ਹੀ ਮੋੜ ਕੇ ਆਪਾਂ ਇਲਾਸਟਿਕ ਪਵਾ ਲੈਂਦੇ। ਕਈ ਸਲਵਾਰਾਂ ਵਿੱਚ ਮੇਰੇ ਇਲਾਸਟਿਕ ਇੱਕੜ ਪਾਈ ਹੋਈ ਹੈ, ਦੇਖੋ ਇਹਦੇ ਵਿੱਚ ਇਲਾਸਟਿਕ, ਠੀਕ ਹੈ ਜੀ। ਅਤੇ ਇੱਕ ਹੋ ਗਈ ਇਹ, ਦੇਖੋ ਇਹ ਸਲਵਾਰ ਆ, ਇਹ ਵੀ ਵਰਕ ਵਾਲੀ ਹੋਈ ਆ, ਇਹਦੇ ਵਿੱਚ ਲਾਈਨਿੰਗ ਲੱਗੀ ਹੋਈ ਆ, ਲਾਈਨਿੰਗ ਇਹਦੇ ਨੀਚੇ ਵੀ ਦੇਖੋ ਜੀ, ਵਰਕ ਦੇ ਕੋਈ ਬੁਕਰਮ ਨਹੀਂ, ਕੁਝ ਨਹੀਂ ਹੈਗਾ, ਸਿੰਪਲ ਤਰੀਕੇ ਨਾਲ ਆ, ਅਤੇ ਲਾਈਨਿੰਗ ਇੱਦਾਂ ਲਾਈ ਹੋਈ ਦੇਖੋ, ਬਸ ਥੋੜ੍ਹੀ ਜਿਹੀ ਜਿਵੇਂ ਚਾਰ ਉਂਗਲ ਲਾ ਲਓ, ਹੈ ਨਾ, ਚਾਰ ਉਂਗਲ ਤਿੰਨ ਉਂਗਲ ਉੱਚੀ ਰੱਖ ਕੇ ਲਾਈਨਿੰਗ, ਉੱਥੇ ਬਸ ਇੱਕ ਸਿਉਣ ਦਿੱਤੀ ਹੋਈ ਆ, ਰਫਲੀ ਜਿਹੀ ਸਿਉਣ ਮਾਰੀ ਹੋਈ ਆ ਦੇਖੋ, ਉੱਤਲੇ ਸਾਈਡ 'ਤੇ ਆਹ ਸਾਈਡ 'ਤੇ ਉੱਤੇ ਸੀਣ ਮਾਰੀ ਹੋਈ ਆ, ਉਹਦੇ ਨਾਲ ਜਿਹੜੀ ਲਾਈਨਿੰਗ ਆਪਣੀ ਅਟੈਚ ਕੀਤੀ ਹੋਈ ਆ, ਬਸ ਇਹ ਵੀ ਸਿੰਪਲ ਆ ਜੀ। ਇਹ ਹੈਗੀ ਆ ਮੇਰੀ ਜਿਵੇਂ ਬਿਨ ਕੁੰਦਿਆਂ ਤੋਂ ਸਲਵਾਰ, ਇਹਦੇ ਵਿੱਚ ਸਿਰਫ ਉੱਦਾਂ ਹੀ ਬਣਾਈ ਹੋਈ ਆ, ਸਿੰਪਲ ਸਿੰਪਲ ਕਟਿੰਗ ਦਿੱਤੀ ਹੋਈ ਆ, ਬਿਲਕੁਲ ਹੀ ਸਿੰਪਲ। ਇੱਕ ਜਿਵੇਂ ਕੱਪੜਾ ਆਪਾਂ ਦੂਰਾ ਕਰ ਲਿਆ, ਕਿਸੇ ਦਿਨ ਤੁਹਾਨੂੰ ਕਟਿੰਗ ਕਰਕੇ ਦਿਖਾਊਂਗੀ ਜੀ, ਮੇਰੇ ਕੋਲ ਹੋਊਗਾ ਜੇ ਕੋਈ ਪਲੇਨ ਕੱਪੜਾ, ਮੈਂ ਟਰਾਈ ਕਰੂੰਗੀ ਵੀ ਸਲਵਾਰ ਦਾ ਕੱਪੜਾ ਮੇਰੇ ਕੋਲ ਪਿਆ ਤਾਂ ਮੈਂ ਤੁਹਾਨੂੰ ਪਾਕਿਸਤਾਨੀ ਸਟੇਟ ਸਲਵਾਰ ਜੋ ਵੀ ਹੁੰਦੀ ਆ ਇਹਦੀ ਕਟਿੰਗ ਕਰਕੇ ਜ਼ਰੂਰ ਦਿਖਾਊਂਗੀ, ਠੀਕ ਹੈ ਜੀ। ਇਹ ਵੀ ਸਿੰਪਲ ਹੋ ਗਈ। ਅਤੇ ਇੱਕ ਹੋ ਗਈ ਆਪਣੀ ਦੇਖੋ ਜੀ ਇਹ ਲਾਈਨਿੰਗ ਵਾਲੀ, ਉਹ ਲਾਈਨਿੰਗ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਚਾਰ ਉਂਗਲ ਆਪਾਂ ਅਟੈਚ ਕਰ ਉੱਤੇ ਰੱਖ ਕੇ ਉੱਚੀ, ਹੈ ਨਾ, ਉਹ ਉੱਤੇ ਸਿਉਣ ਮਾਰਨੀ। ਅਤੇ ਇੱਕ ਹੈਗੀ ਆਹ ਦੇਖੋ ਜੀ, ਇਹਦੇ ਵੀ ਨੀਚੇ ਕੋਈ ਬੁਕਰਮ ਵਗੈਰਾ ਨਹੀਂ ਦਿੱਤੀ ਹੋਈ, ਸਿਰਫ ਵਰਕ ਆ ਸਲਵਾਰ ਦੇ, ਅਤੇ ਲਾਈਨਿੰਗ ਬਸ ਉੱਦਾਂ ਹੀ ਸਿੰਪਲ ਲਾ ਕੇ, ਨੀਚੇ ਕੋਈ ਅਟੈਚ ਨਹੀਂ, ਕੁਛ ਨਹੀਂ, ਛੱਡੀ ਹੋਈ ਆ ਉੱਦਾਂ ਹੀ, ਬਸ ਜਿਵੇਂ ਆਪਾਂ ਵਿੱਚ ਲਾਈਨਿੰਗ ਲਾ ਲੈਂਦੇ ਹਾਂ ਸਲਵਾਰ ਦੇ, ਜਿਵੇਂ ਆਪਾਂ ਨੋਰਮਲ ਬਣਾਉਣਾ, ਬਸ ਸਿਰਫ ਮੂਰੀ ਨਹੀਂ ਬਣਾਉਣੀ, ਵੀ ਉਹ ਵਰਕ ਵਾਲੀ ਚੀਜ਼ ਮੂਰੀ ਦੀ ਜਗ੍ਹਾ ਆਪਾਂ ਰੱਖ ਕੇ ਉੱਦਾਂ ਹੀ ਉਹ ਬਣ ਗਈ, ਠੀਕ ਹੈ ਜੀ। ਇੱਦਾਂ ਹੀ ਬਸ ਸਿੰਪਲ ਜਿਹੇ ਤਰੀਕੇ ਨਾਲ ਇਹ ਵੀ ਸਲਵਾਰ ਆ, ਅਤੇ ਇਹਦੀ ਵੀ ਇਲਾਸਟਿਕ ਪਈ ਹੋਈ ਆ ਦੇਖੋ, ਠੀਕ ਆ ਜੀ। ਅਤੇ ਇੱਕ ਹੋ ਗਈ ਜੀ ਆਹ ਲੇਸ ਵਾਲੀ ਸਲਵਾਰ, ਠੀਕ ਆ, ਜਿਹਦੇ ਆਪਾਂ ਲੇਸ ਲਾਉਂਦੇ ਹਾਂ, ਲੇਸ ਆਪਾਂ ਉੱਦਾਂ ਹੀ ਬਸ ਬੁਕਰਮ ਦਿੱਤੀ, ਨੀਚੇ ਬੁਕਰਮ ਦੇ ਕੇ ਸਿਉਣਾ ਲਾਤੀਆਂ, ਉੱਤੇ ਇੱਕ ਸਿੱਧੀਆਂ ਲਾਤੀਆਂ, ਨੀਚੇ ਲਾਤੀਆਂ, ਕੋਈ ਸਕਰੋਲਿੰਗ ਦੀ ਲੋੜ ਨਹੀਂ ਹੈਗੀ ਵਿੱਚ, ਦੇਖੋ ਜਦ ਉੱਪਰ ਲੇਸ ਲੱਗ ਜਾਣੀ ਹੈ ਉਹਦੇ ਵਿੱਚ ਕੋਈ ਵੀ ਲੋੜ ਨਹੀਂ ਹੈਗੀ, ਫਿਰ ਸਿੰਪਲ ਜਿਹੇ ਤਰੀਕੇ ਨਾਲ ਬਸ ਆਪਾਂ ਲੇਸ, ਜਿੰਨੀ ਕੁ ਚੌੜੀ ਲੇਸ ਤੁਸੀਂ ਲਾਉਣਾ ਚਾਹੁੰਦੇ ਹੋ ਉੰਨੀ ਕੁ ਲਾ ਲਓ। ਮੈਂ ਮੂਰੀ ਜ਼ਿਆਦਾ ਚੌੜੀ ਨਹੀਂ ਬਣਾਉਂਦੀ ਜੀ, ਮੈਂ ਮੂਰੀ ਬਸ 2 ਇੰਚ ਦੀ ਉਹ ਹੁੰਦੀ ਹੈ ਮੇਰੀ, ਜਿਵੇਂ ਆਹ ਚੀਜ਼ ਚੌੜੀ ਲਾ ਲਓ, ਆਹ ਚੀਜ਼ ਜਿਹੜੀ ਚੌੜੀ ਹੁੰਦੀ ਹੈ ਇਹ ਮੇਰੀ 2 ਇੰਚ ਦੀ ਹੁੰਦੀ ਹੈ, 2 ਤੋਂ ਵੀ ਸ਼ਾਇਦ ਘੱਟੇ ਹੋਊ, 1.5 ਕੇ ਹੋਊਗੀ ਜੀ। ਇੱਦਾਂ ਸਿੰਪਲ ਜੀ ਬਸ ਹੈਗੀ ਆ, ਅਤੇ ਉੱਪਰ ਆਪਾਂ ਬਸ ਲੇਸ ਜਿਹੜੀ ਵੀ ਹੈਗੀ ਡਿਜ਼ਾਇਨਿੰਗ ਦੇ ਲੈਣੀ ਆ, ਇਹ ਵੀ ਠੀਕ ਹੈ ਜੀ। ਜਾਂ ਤੁਸੀਂ ਲਾਉਣੀ ਚਾਹੁੰਦੇ ਹੋ ਪੱਟੀ ਵਗੈਰਾ, ਜਿਵੇਂ ਆਪਾਂ ਸ਼ਰਟ ਲਾਉਣ ਦੀ, ਮੈਂ ਤੁਹਾਨੂੰ ਉੱਦਾਂ ਦੱਸਦੀ ਸੀਗੀ ਵੀ ਸ਼ਰਟ ਨਾਲ ਦੀ ਪੱਟੀ ਲਾਉਂਦੇ ਹੋ, ਉਹ ਤੁਸੀਂ ਪੱਟੀ ਇੱਦਾਂ ਵੀ ਲਾ ਸਕਦੇ ਹੋ। ਦੇਖੋ ਜੀ ਬੁਕਰਮ ਲਾ ਲਈ ਆਪਾਂ ਉੱਦਾਂ ਹੀ, 1.5 ਇੰਚ ਦੀ ਜਿਹੜੀ ਆਪਾਂ 2 ਇੰਚ ਦੀ ਜਿੰਨੀ ਵੀ ਚੌੜੀ ਤੁਸੀਂ ਮੂਹਰੀ ਆਪਣੀ ਪਾਉਂਦੇ ਹੋ, ਹੈ ਨਾ, ਉਹ ਲਾ ਕੇ ਉੱਦਾਂ ਹੀ ਉਹਦੇ ਵਿੱਚ ਵੀ ਸਕਰੋਲਿੰਗ ਕਰਨ ਦੀ ਕੋਈ ਲੋੜ ਨਹੀਂ ਜੀ, ਕਿਉਂਕਿ ਜਿਹੜੀ ਆਪਾਂ ਵਰਕ ਹੋ ਗਿਆ ਜਾਂ ਆਪਾਂ ਕੋਈ ਵੀ ਸਲਵਾਰ 'ਤੇ ਡਿਜ਼ਾਇਨਿੰਗ ਦਿੰਦੇ ਹਾਂ ਤਾਂ ਸਕਰੋਲਿੰਗ ਨਹੀਂ ਵਧੀਆ ਲੱਗਦੀ ਹੈਗੀ ਜੀ, ਉਹਦੇ 'ਤੇ ਸਿੰਪਲ ਲਾਈਨਾਂ ਹੀ ਖਿੱਚੋ ਅਤੇ ਸਕਰੋਲ ਨਹੀਂ ਵਧੀਆ ਲੱਗਦੇ ਹੁੰਦੇ ਜੀ ਉਹਦੇ ਵਿੱਚ, ਫਿਰ ਵਰਕ ਨੂੰ ਕੋਸ਼ਿਸ਼ ਕਰੋ। ਕਈ ਭੈਣਾਂ ਦੇ ਮੈਂ ਸਲਵਾਰਾਂ ਦੇਖੀਆਂ ਨੇ ਜੀ, ਨੀਚੇ ਮੂਰੀ ਬਣਾ ਲੈਣਗੀਆਂ, ਉੱਤੇ ਥੋੜ੍ਹੇ ਜਿਹੇ ਮੂਰੀ ਦੀ ਜਗ੍ਹਾ 3-4 ਇੰਚ ਛੱਡ ਕੇ ਉੱਤੇ ਵਰਕ ਹੁੰਦਾ। ਦੇਖੋ ਜੀ ਬਾਕੀ ਆਪਣੀ ਆਪਣੀ ਪਸੰਦ ਆ, ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹੀ ਪਰਫੈਕਟ ਹਾਂ, ਜਿਵੇਂ ਮੇਰੀਆਂ ਸਲਵਾਰਾਂ ਨੇ ਉੱਕਣੇ ਵਧੀਆ ਨੇ, ਇਹ ਆਪਣੀ ਆਪਣੀ ਪਸੰਦ ਆ ਵੀ ਜਿਵੇਂ ਵੀ ਪਾਉਂਦੇ ਹਾਂ, ਪਰ ਉਹ ਚੀਜ਼ ਨਹੀਂ ਵਧੀਆ ਲੱਗਦੀ ਹੈਗੀ, ਜਚਦੀ ਨਹੀਂ ਹੈਗੀ। ਜਦ ਆਪਾਂ ਮੂਰੀ ਛੱਡ ਕੇ ਨੀਚੇ ਮੂਰੀ ਬਣਾਉਂਦੇ ਹਾਂ ਸਕਰੋਲਿੰਗ ਵਗੈਰਾ ਵਾਲੀ, ਉਦੋਂ ਉੱਤੇ ਆਪਾਂ ਸਲਵਾਰ ਦਾ ਵਰਕ ਆ ਜੋ ਵੀ ਆਪਾਂ ਸ਼ੋਅ ਕਰਦੇ ਹਾਂ ਨਾ, ਉਹ ਚੀਜ਼ ਨਹੀਂ ਵਧੀਆ ਲੱਗਦੀ ਹੈਗੀ ਜੀ। ਵਰਕ ਨੂੰ ਹਮੇਸ਼ਾ ਨੀਚੇ ਰੱਖੋ, ਮੂਰੀ ਨਾ ਬਣਾਓ। ਫਿਰ ਇੱਕ ਜੇ ਆਪਾਂ ਇੱਦਾਂ ਦੇਖੋ ਆਹ ਬਣਾਈ ਹੋਈ ਆ,
ਇਹਦੇ 'ਤੇ ਵੀ ਆਪਾਂ ਸ਼ਰਟ ਬਣਾ ਲਿਆ ਛੋਟਾ ਜਿਹਾ ਪੀਸ, ਬਸ ਸਿੰਪਲ ਪੈਂਟ ਪਲਾਜ਼ੋ ਮੰਗੋ ਹੀ ਆ, ਪਲਾਜ਼ੋ ਹੀ ਦੀ ਤਰ੍ਹਾਂ ਹੀ ਆ, ਕੋਈ ਬੁਕਰਮ ਨਹੀਂ ਇਹਦੇ ਵਿੱਚ ਦਿੱਤੀ ਹੋਈ। ਤੁਹਾਨੂੰ ਮੈਂ ਕਿਹਾ ਤੁਸੀਂ ਚਾਹੋ ਦੇ ਵੀ ਸਕਦੇ ਹੋ, 2 ਇੰਚ ਦੀ ਦੇ ਲਓ, 2.5 ਇੰਚ, 1.5 ਦੀ ਦੇ ਲਓ ਵੀ, ਜਿੰਨੀ ਕੋਈ ਹੈਗੀ ਆ। ਯੂ ਵੀ ਬੈਕ ਕੈਮਰਾ ਖੜ੍ਹਾ ਮੈਨੂੰ ਤੰਗ ਕਰ ਰਿਹਾ, ਤੰਗ ਕਰਨ ਲੱਗਿਆ ਸੀ ਆਪ ਤਾਂ ਕੀ ਲੈਣਾ, ਦੱਸ ਬੋਲ ਕੇ ਨਹੀਂ ਪਏ, 5 ਮਿੰਟ ਠਹਿਰ ਜਾ। ਅਤੇ ਲਓ ਜੀ, ਇਹ ਸਿੰਪਲ ਤਰੀਕੇ ਨਾਲ ਇੱਦਾਂ ਹੀ ਹੈ। ਇਹ ਮੇਰੀ ਛੋਟੀ ਜਿਹੀ ਲਾਈ ਹੋਈ ਹੈ, ਬਿਲਕੁਲ ਪਤਲੀ ਲਾਈ ਹੋਈ ਹੈ, 1 ਇੰਚ ਤੋਂ ਵੀ ਘੱਟ ਆ, ਸ਼ਾਇਦ 1.5 ਇੰਚ ਹੀ ਆ। ਤੁਸੀਂ ਚਾਹੋ ਤਾਂ ਇਹਨੂੰ 4 ਇੰਚ ਦੀ ਜਿੰਨੀ ਵੀ ਪੱਟੀ ਚੌੜੀ ਲਾਉਣੀ ਚਾਹੁੰਦੇ ਹੋ ਲਾ ਸਕਦੇ ਹੋ, ਠੀਕ ਹੈ ਜੀ। ਇਹ ਵੀ ਹੋ ਗਿਆ, ਅਤੇ ਇਹ ਵੀ ਇੱਦਾਂ ਹੀ ਆ। ਦੇਖੋ ਇਹਦੇ ਪੱਟੀ ਲਾ ਕੇ ਨੀਚੇ ਆਪਾਂ ਲੇਸ ਦਾ ਡਿਜ਼ਾਇਨ ਦਿੱਤਾ ਹੋਇਆ, ਠੀਕ ਹੈ ਜੀ। ਇਹ ਪੱਟੀ ਤੁਸੀਂ ਚੌੜੀ ਵੀ ਕਰ ਸਕਦੇ ਹੋ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਬੁਕਰਮ, ਜੇ ਇਹ ਸਿੰਪਲ ਨੇ ਜੀ, ਇਹਨਾਂ ਨੀਚੇ ਕੋਈ ਬੁਕਰਮ ਨਹੀਂ ਲਾਈ ਹੋਈ ਹੈਗੀ। ਮੈਂ ਜੀ ਉਹਨੂੰ ਬੁਕਰਮੇ ਕਹਿੰਦੀ ਹਾਂ, ਮੈਨੂੰ ਪਤਾ ਨਹੀਂ ਇੰਗਲਿਸ਼ 'ਚ ਕੁਛ ਹੋਰ ਕਹਿੰਦੇ ਹੋਣ, ਪਤਾ ਨਹੀਂ ਹੈਗਾ। ਜਿਹੜੀ ਆਪਾਂ ਉਹ ਬੁਕਰਮ ਵਾਈਟ ਜੀ ਲਾਉਂਦੇ ਹੁੰਦੇ ਹਾਂ ਸਲਵਾਰ ਦੇ ਮੂਹਰੀ ਨੀਚੇ, ਵੀ ਉਹ, ਠੀਕ ਹੈ ਜੀ। ਅਤੇ ਇਹਨਾਂ ਦੇ ਨੀਚੇ ਕੋਈ ਨਹੀਂ ਲੱਗੀ ਹੋਈ, ਉੱਦਾਂ ਹੀ ਸਿੰਪਲ ਪੱਟੀਆਂ ਉੱਤੇ ਧਰ ਕੇ ਉੱਦਾਂ ਹੀ ਲੇਸ ਦਾ ਨੀਚੇ ਡਿਜ਼ਾਇਨ ਦਿੱਤਾ ਹੋਇਆ। ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਵੀ ਤੁਸੀਂ ਬੁਕਰਮ ਲਾ ਕੇ ਉੱਤੇ ਪੱਟੀ ਲਾ ਸਕਦੇ ਹੋ, ਬਰੀਕ ਵੀ ਲਾ ਸਕਦੇ ਹੋ, ਮੋਟੀ ਵੀ ਲਾ ਸਕਦੇ ਹੋ, ਜਿੰਨਾ ਜੀ ਤੁਹਾਨੂੰ ਚੌੜੀ ਲਾਉਣੀ ਹੈ ਜਾਂ ਕੁਛ ਵੀ ਹੈ, ਹੈ ਨਾ, ਉੱਦਾਂ ਲਾ ਸਕਦੇ ਹੋ। ਲਓ ਜੀ, ਇਹ ਤਾਂ ਸੀਗੀਆਂ ਕੁਝ ਕੁ ਸਲਵਾਰਾਂ ਦੇ ਡਿਜ਼ਾਇਨ, ਹੈ ਨਾ। ਜਿਵੇਂ ਮੇਰੀਆਂ ਸਿਲਾਈਆਂ ਹੋਈਆਂ ਨੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣ ਦੀ ਕੋਸ਼ਿਸ਼ ਕਰੀ ਜਿੰਨੀ ਕੁ ਮੈਨੂੰ ਨੌਲੇਜ ਆ, ਕਿਉਂਕਿ ਮੈਨੂੰ ਦੇਖੋ ਸਟਿਚਿੰਗ ਵੀ ਆਉਂਦੀ ਆ, ਵੀ ਇਹ ਨਹੀਂ ਹੈਗਾ ਵੀ ਮੇਰੀ ਸਟਿਚਿੰਗ ਨਹੀਂ ਆਉਂਦੀ ਹੈਗੀ, ਉਹ ਗੱਲ ਵੱਖਰੀ ਆ, ਮੈਂ ਸਿਉਂਦੀ ਨਹੀਂ। ਮੈਂ ਤੁਹਾਨੂੰ ਉੱਦਣ ਵੀ ਦੱਸਿਆ ਸੀਗਾ, ਸਿਉਂਦੀ ਮੈਂ ਤਾਂ ਨਹੀਂ ਹੈਗੀ ਜੀ। ਦੇਖੋ ਹੁਣ ਤਾਂ ਇੱਕ ਤਾਂ ਮੇਰੀ ਪਿੱਠ 'ਤੇ ਬਹੁਤ ਪੇਨ ਰਹਿੰਦਾ ਹੈ, ਹੈ ਨਾ, ਫਿਰ ਉਹ ਝੁੱਕ ਕੇ ਜਦ ਆਪਾਂ ਮਸ਼ੀਨ 'ਤੇ ਕੰਮ ਕਰਦੇ ਹਾਂ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਆ, ਅਤੇ ਇੱਕ ਨਿਗਾਹ ਦੀ ਵੀ ਪ੍ਰੋਬਲਮ ਆ, ਐਨਕ ਮੇਰੇ ਲੱਗੀ ਹੋਈ ਹੈ ਜੋ ਕਿ ਮੈਂ ਨਹੀਂ ਲਾਉਂਦੀ ਹੈ। ਆਹ ਦੇਖ ਲਓ ਜੀ, ਗਾਣਾ ਪੈਂਦੀਆਂ ਨੇ ਨਾ, ਆਫ ਕੈਮਰਾ ਸੁਣ ਗਈਆਂ ਤੁਹਾਨੂੰ, ਲਾਉਣੀ ਹੈ ਨਹੀਂ ਕਦੇ, ਪਰ ਲੱਗੀ ਹੋਈ ਹੈ। ਅਤੇ ਇੱਕ ਭੈਣ ਪੁੱਛਦੀ ਸੀ, ਆਹ ਸੂਟ ਆਪਣਾ ਨੇੜਿਓਂ ਦਿਖਾਇਓ, ਠੀਕ ਹੈ ਜੀ, ਜਿਹੜਾ ਆਪਾਂ ਕੱਲ੍ਹ ਵਿਆਹ 'ਤੇ ਵੇਅਰ ਕੀਤਾ ਸੀ, ਹੈ ਨਾ। ਇਹ ਸੂਟ ਇੱਦਾਂ ਹੈ ਜੀ, ਚੁੰਨੀ ਸੀਗੀ ਮੇਰੇ ਕੋਲ, ਦੇਖੋ ਸੂਟ ਸੀਗਾ ਇਹ ਕਰੇਬ ਦਾ, ਇੱਦਾਂ ਜਿਵੇਂ ਸਲਵਾਰ ਆ ਕਰੇਬ ਦੀ, ਇੱਦਾਂ ਹੀ ਪੂਰਾ ਸੂਟ ਸੀ, ਨਾਲ ਆ ਦੁਪੱਟਾ ਸੀਗਾ, ਅਤੇ ਸ਼ਰਟ ਦੇ ਪੱਲੇ 'ਤੇ ਆਹ ਚੀਜ਼ ਦੀ ਡਿਜ਼ਾਇਨਿੰਗ ਹੋਈ ਹੋਈ ਸੀ, ਜਿਹੜਾ ਮੂਹਰੇ ਬਾਰਡਰ ਆ, ਠੀਕ ਹੈ ਜੀ, ਜਿਹੜਾ ਦੁਪੱਟੇ ਦੇ ਚਾਰੇ ਪਾਸੇ ਬਾਰਡਰ ਲੱਗਿਆ ਹੈ, ਉਹ ਚੀਜ਼ ਦੀ ਡਿਜ਼ਾਇਨਿੰਗ ਹੋਈ ਹੋਈ ਸੀ। ਪਰ ਉਹ ਸ਼ਰਟ ਨਾ, ਜਦ ਮੈਂ ਸੂਟ ਬਣਾਇਆ ਸੀਗਾ ਉਸ ਟਾਈਮ 'ਤੇ ਨਾ, ਸ਼ਰਟ ਮਤਲਬ ਕਮੀਜ਼ ਬਹੁਤ ਉੱਚੇ ਪਾਉਂਦੇ ਹੁੰਦੇ ਸੀਗੇ, ਹੈ ਨਾ, ਵੀ ਫਿਰ ਤੁਹਾਨੂੰ ਪਤਾ ਟਾਈਮ ਦੇ ਹਿਸਾਬ ਨਾਲ, ਰਿਵਾਜ਼ ਦੇ ਹਿਸਾਬ ਨਾਲ, ਹੈ ਨਾ। ਅਤੇ ਮੇਰੀ ਫਿਰ ਮੈਂ ਸ਼ਰਟ ਨਹੀਂ ਵਰਤੀ ਹੈਗੀ, ਅਤੇ ਸਲਵਾਰ ਅਤੇ ਦੁਪੱਟਾ ਮੇਰਾ ਨਵਾਂ ਪਿਆ ਸੀ, ਮੇਰਾ ਕਣਵੇ ਕਰਨ ਨੂੰ ਮੈਨੂੰ ਦਿਲ ਨਹੀਂ ਕੀਤਾ, ਤਾਂ ਕਰਕੇ ਮੈਂ ਨਵੀਂ ਦੀ ਜਾਗੋ ਦੇ ਜੀ। ਫਿਰ ਇਹ ਆਹ ਆਪਣਾ ਜਿਹੜਾ ਸੂਟ ਆ ਨਾ, ਸ਼ਰਟ, ਇਹ ਮੈਂ ਵਾਈਟ ਕਰੇਬ ਲੈ ਕੇ ਨਾ, ਸੋਰੀ ਕਰੇਬ ਨਹੀਂ, ਜੋਰਜਟ, ਵਾਈਟ ਜੋਰਜਟ ਲੈ ਕੇ ਇਹਨੂੰ ਮੈਂ ਡਾਈ ਕਰਵਾ ਲਿਆ ਸੀਗਾ। ਮੈਂ ਕਿਹਾ ਚਲੋ ਜਿਹੜੇ ਥੋੜ੍ਹੇ ਜਿਹੇ ਆਹ ਵਿੱਚ ਹੈਗੇ ਨੇ ਸਰਕਲ ਜਿਹੇ ਬਣੇ ਹੋਏ ਨਾ, ਵੀ ਦੁਪੱਟੇ ਦੇ ਸਰਕਲਾਂ ਨਾਲ ਥੋੜ੍ਹੇ ਜਿਹੇ ਮੇਲ ਕਰਦੇ ਸੀਗੇ, ਮੈਂ ਕਿਹਾ ਚਲੋ ਇੱਦਾਂ ਬਣਾ ਲੈਂਦੇ ਹਾਂ। ਫਿਰ ਇਹ ਜਿਹੜਾ ਦੁਪੱਟਾ ਹੈ ਆਪਣਾ, ਇਹ ਸੀਗਾ ਬਹੁਤ ਜ਼ਿਆਦਾ ਲੰਬਾ, ਤਾਂ ਲੈਂਥ ਤਾਂ ਦੇਖੋ ਨੋਰਮਲ ਆ, ਜਿਵੇਂ ਆਪਾਂ 2.5 ਮੀਟਰ ਹੋਊਗੀ ਮੈਨੂੰ ਲੱਗਦਾ, ਹੈ ਨਾ। ਪਰ ਇਹ ਚੌੜਾ ਵੀ ਬਹੁਤ ਜ਼ਿਆਦਾ ਸੀ, ਪਨਾ, ਜਿਹਨੂੰ ਆਪਾਂ ਪਨਾ ਕਹਿੰਦੇ ਨੇ ਕਈ ਵਾਰ, ਫਿਰ ਉਲਟੇ ਬੋਲਦੇ ਨੇ। ਇੱਕ ਭੈਣ ਉੱਧਰ ਜਿਵੇਂ ਮੈਸੇਜ ਆਇਆ ਸੀ, ਪੱਲਾ ਨਹੀਂ ਹੁੰਦਾ ਦੀਦੀ, ਘੇਰਾ ਹੁੰਦਾ। ਦੇਖੋ ਭੈਣ, ਸਾਡੇ ਪੱਲਾ ਵੀ ਕਹਿ ਦਿੰਦੇ ਨੇ ਇੱਧਰ, ਮੈਂ ਤਾਂ ਪੱਲਾ ਕਹਿੰਦੀ ਸੀ, ਵੈਸੇ ਤਾਂ ਮੈਨੂੰ ਪਤਾ ਵੀ ਘੇਰਾ ਹੁੰਦਾ ਹੈ, ਪਰ ਪੱਲਾ ਵੀ ਆਪਾਂ ਬੋਲ ਪੈਂਦੇ ਨੋਰਮਲੀ, ਜਿਹੜੀ ਭਾਸ਼ਾ ਘਰੇ ਪੱਲਾ ਵੀ ਅਸੀਂ ਵਰਤਦੇ ਹਾਂ, ਫਿਰ ਮੈਂ ਉਹੀ ਪੱਲਾ ਹੀ ਕਹਿੰਦਾ ਸੀ। ਅਤੇ ਇਹਦਾ ਜਿਹੜਾ ਪਨਾ ਸੀਗਾ ਨਾ, ਇਹ ਕਾਫੀ ਜ਼ਿਆਦਾ ਚੌੜਾ ਸੀਗਾ ਇੱਦਾਂ। ਦੇਖੋ ਜੀ, ਹੁਣ ਕਿਹੜਾ ਵੀ ਆਏ ਸੀਗਾ ਵੀ ਮੈਂ ਸਿਰ 'ਤੇ ਲੈ ਕੇ ਜਾਂ ਬੁੱਕਲ ਮਾਰਨੀ ਸੀ ਜਾਂ ਠੰਡ ਲੁਕਾਉਣੀ ਸੀ, ਹੈ ਨਾ, ਫਿਰ ਮੈਨੂੰ ਇਹ ਹੋ ਗਿਆ, ਮੈਂ ਇੱਕ ਸਾਈਡ ਤੋਂ ਆਹ ਸਾਰਾ ਦੇੜ ਕੇ ਲਾ ਕੇ ਆਪਾਂ ਚੀਜ਼ ਪੱਟੀ, ਹੈ ਨਾ, ਅਤੇ ਇੱਕ ਸਾਈਡ ਤੋਂ ਸਾਰੇ ਦੁਪੱਟੇ ਦੇ ਧੁਰ ਦੀ ਧੁਰ ਆਪਾਂ ਆਹ ਜਿਹੜੀ ਜਿਵੇਂ ਨੈੱਟ ਦੀ ਆਹ ਚੀਜ਼ ਆ ਗੱਭੇ ਸੈਂਟਰ 'ਚ, ਹੈ ਨਾ, ਇਹ ਆਪਾਂ ਉਤਾਰ ਲਈ ਸੀਗੀ।
ਧੁਰ ਦੀ ਧੁਰ ਅਤੇ ਉਹਨੂੰ ਫਿਰ ਆਪਾਂ ਡਿਜ਼ਾਇਨਿੰਗ ਦੇ ਲਈ ਜੀ ਪੱਲੇ 'ਤੇ, ਜਿਵੇਂ ਇੱਦਾਂ ਦੇ ਲਈ ਪੱਲਾ, ਫਿਰ ਪੱਲੇ ਨੂੰ ਚੜਿਆ ਹੋਇਆ ਘੇਰੇ 'ਤੇ ਦੇ ਲਈ ਜੀ, ਹੈ ਨਾ। ਇੱਦਾਂ ਹੀ ਸਿੰਪਲ ਦੇ ਤਰੀਕੇ ਨਾਲ ਬਸ ਪੱਟੀ ਦਾ ਜਿੰਨੀ ਜਿੰਨੀ ਰੱਖੀ ਆਪਾਂ 1 ਇੰਚ 1.25 ਇੰਚ ਉੱਦਾਂ ਹੀ ਆ ਬਾਜ਼ੂ 'ਤੇ ਦੇ ਲਈ ਸੀ, ਅਤੇ ਉੱਦਾਂ ਹੀ ਆ ਨੋਰਮਲ ਜੀ ਬਸ ਮੈਂ ਸਲਵਾਰ 'ਤੇ ਦਵਾਈ ਸੀ। ਸਲਵਾਰ ਦੇ ਨੀਚੇ ਉੱਦਾਂ ਹੀ ਸਿੰਪਲ ਤਰੀਕੇ ਨਾਲ ਮੂਹਰੀ ਬਣੀ ਹੋਈ ਆ ਦੇਖੋ, ਕਿਉਂਕਿ ਮੈਂ ਇਹਦੇ ਵਿੱਚ ਕੁਝ ਦੇੜਿਆ ਨਹੀਂ, ਕੁਝ ਨਹੀਂ ਕੀਤਾ, ਬਸ ਸਿੰਪਲ ਜਿਹੇ ਤਰੀਕੇ ਨਾਲ ਉੱਦਾਂ ਹੀ ਮੂਹਰੀ ਦੇ ਉੱਤੇ ਹੀ ਕਹਿਤਾ ਸੀਗਾ ਵੀ ਉੱਦਾਂ ਹੀ ਧਰ ਦਿਉ, ਠੀਕ ਆ ਜੀ, ਉੱਦਾਂ ਹੀ ਉੱਤੇ ਧਰਨੀ ਸੀਗੀ। ਅਤੇ ਇਹ ਸੀਗਾ ਜੀ ਆਪਣਾ ਸੂਟ, ਅਤੇ ਉਹ ਸੀਗੀਆਂ ਆਪਣੀਆਂ ਸਲਵਾਰਾਂ। ਥੋੜ੍ਹੀ ਜਿਹੀ ਕੋਸ਼ਿਸ਼ ਕਰੀ ਵੀ ਭੈਣਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਸਕਾਂ, ਜਿੰਨੀ ਕੁ ਮੈਨੂੰ ਸੀਗੀ ਜੀ ਉੱਨੀ ਖਰਾ ਤੁਹਾਨੂੰ ਦੇਤੀ। ਬਾਕੀ ਜੇ ਆਪਾਂ ਟੇਲਰ ਕੋਲ ਜਾਂਦੇ ਹਾਂ, ਹੈ ਨਾ, ਕਿਤੇ ਵੀ ਤਾਂ ਉਹ ਆਪੇ ਦੱਸ ਦਿੰਦੇ ਨੇ ਵੀ ਕਿਹੜਾ ਟਰੈਂਡ ਚੱਲਿਆ ਹੋਇਆ, ਕਿਹੜਾ ਰਿਵਾਜ਼ ਚੱਲਿਆ ਹੋਇਆ। ਪਰ ਇਹ ਹੈ ਵੀ ਵਰਕ ਵਾਲੀ ਸਲਵਾਰ ਦੀ ਜੇ ਤੁਸੀਂ ਮੂਹਰੀ ਨੂੰ ਨਾ ਬਣਾਓ ਤਾਂ ਉਹ ਜ਼ਿਆਦਾ ਬੈਸਟ ਆ, ਵਧੀਆ ਲੱਗਦੀ ਆ। ਉੱਦਾਂ ਹੀ ਸਿੰਪਲ ਦੇ ਤਰੀਕੇ ਨਾਲ ਲਾਈਨਿੰਗ ਅਟੈਚ ਕਰਾਉਣੀ ਆ, ਅਟੈਚ ਕਰਾ ਲਓ, ਨਹੀਂ ਅਟੈਚ ਕਰਾਉਣੀ ਉੱਦਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਪਾਉਣ 'ਚ ਮੈਨੂੰ ਕੋਈ ਉਹ ਨਹੀਂ ਹੁੰਦੀ। ਹਜੇ ਅਟੈਚ ਵਾਲੀ ਦਾ ਮੈਨੂੰ ਇਹ ਆ ਵੀ ਜੇ ਪ੍ਰੈਸ ਕਰਦੇ ਹਾਂ ਆਪਾਂ ਬਲ ਪੈਂਦਾ, ਜਿਹੜੀ ਆਪਾਂ ਸੀਨ ਲਾਈ ਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਆਹ ਸਲਵਾਰ ਦੀ, ਹੈ ਨਾ, ਇਹ ਸਲਵਾਰ 'ਚ ਹੋ ਜਾਂਦਾ ਜਿਵੇਂ ਆ ਅਟੈਚ ਕਰੀ ਹੋਈ ਆ ਨਾ, ਨੀਚੇ ਲਾਈਨਿੰਗ ਜੋੜੀ ਹੋਈ ਆ, ਇਹਦਾ ਥੋੜ੍ਹਾ ਜਿਹਾ ਪ੍ਰੈਸ ਕਰੇ ਤਾਂ ਮੈਨੂੰ ਪ੍ਰੋਬਲਮ ਆਉਂਦੀ ਆ ਵੀ ਆਹ ਚੀਜ਼ ਦੀ ਉੱਪਰਲਾ ਜਿਹੜਾ ਪੱਲਾ ਏ, ਇਹ ਚੀਜ਼ ਫਿਰ ਲਾਈਨਿੰਗ ਤੋਂ ਬਗੈਰ ਉਹ ਹੋ ਜਾਂਦਾ। ਜਿਹੜੀ ਆਪਾਂ ਨੋਰਮਲ ਵਿੱਚ ਉੱਦਾਂ ਹੀ ਛੱਡੀ ਹੋਈ ਆ ਆਹ ਲਾਈਨਿੰਗ ਵੀ ਇੱਦਾਂ ਹੀ ਛੱਡਤੀ, ਉਹਦੀ ਕੋਈ ਪ੍ਰੋਬਲਮ ਨਹੀਂ ਜੀ, ਉਹ ਠੀਕ ਆ, ਠੀਕ ਆ ਜੀ। ਤੁਸੀਂ ਚਾਹੋ ਤਾਂ ਜਿਹੜਾ ਮਰਜ਼ੀ ਹੁਣ ਡਿਜ਼ਾਇਨ ਬਣਾ ਸਕਦੇ ਹੋ, ਬਣਾਇਓ ਅਤੇ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਿਆ, ਹੈ ਨਾ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੈ ਨਾ। ਮੈਨੂੰ ਵੀ ਹੌਸਲਾ ਜਿਹਾ ਹੋ ਜਾਂਦਾ ਵੀ ਮੇਰੀਆਂ ਭੈਣਾਂ ਨੂੰ ਮੇਰੀ ਕੋਈ ਗੱਲ ਵਧੀਆ ਲੱਗੀ ਅਤੇ ਉਹਨਾਂ ਨੂੰ ਵੀ ਕੁਝ ਮੇਰੇ ਤੋਂ ਸਿੱਖਣ ਨੂੰ ਮਿਲਿਆ, ਹੈ ਨਾ, ਵੀ ਹੋ ਜਾਂਦਾ ਵੀ ਤੁਸੀਂ ਦੇਖ ਕੇ ਤੁਸੀਂ ਵੀ ਇਹ ਚੀਜ਼ਾਂ ਵੇਅਰ ਕਰੋ, ਹੈ ਨਾ, ਵਧੀਆ ਲੱਗਦਾ ਹੈ ਜੀ ਇਹ ਚੀਜ਼ਾਂ ਦਾ। ਬਾਕੀ ਤੁਸੀਂ ਮੇਰੀ ਵਿਆਹ ਵਾਲੀ ਵੀਡੀਓ ਨੂੰ ਇੰਨਾ ਸਾਰਾ ਪਿਆਰ ਦਿੱਤਾ ਜੀ, ਉਹਦੇ ਲਈ ਹੱਥ ਬੰਨ ਕੇ ਧੰਨਵਾਦ ਕਰਦੀ ਹਾਂ, ਥੈਂਕ ਯੂ ਸੋ ਮੱਚ ਜੀ। ਬਾਕੀ ਸਾਰੀ ਭੈਣ ਭਾਈਆਂ ਦਾ ਮੇਰਾ ਦਿਲੋਂ ਧੰਨਵਾਦ ਕਰਦੀ ਹਾਂ, ਬਸ ਇੱਦਾਂ ਹੀ ਆਪਣਾ ਪਿਆਰ ਅਤੇ ਸਪੋਰਟ ਬਣਾਉਂਦੇ ਦਿੰਦੇ ਰਹੋ। ਸੋਰੀ ਜੀ ਕਈ ਵਾਰ ਨਾ ਮੈਂ ਬੋਲਦੀ ਅਲਝ ਜਾਂਦੀ ਹਾਂ, ਅਤੇ ਇੱਦਾਂ ਹੀ ਆਪਣਾ ਪਿਆਰ ਅਤੇ ਸਪੋਰਟ ਬਸ ਦਿੰਦੇ ਰਹੋ ਜੀ, ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਵੱਡੀ ਹੋ ਸਕੇ। ਅਤੇ ਲਓ ਜੀ ਵੀਡੀਓ ਦਾ ਹੁਣ ਆਪਾਂ ਕਰਦੇ ਹਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੇ, ਸ਼ੇਅਰ ਕਰੇ ਚੈਨਲ 'ਤੇ, ਨਵੀਆਂ ਤਾਂ ਚੈਨਲ ਨੂੰ ਕਰੇ ਸਬਸਕ੍ਰਾਈਬ, ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਆਫ ਕੈਮਰਾ ਜੋ ਵੀ ਮੈਨੂੰ ਇੰਨਾ ਤੰਗ ਕਰ ਲੱਗਿਆ ਹੋਇਆ ਨਾ, ਜੇ ਤਾਂ ਨਾ ਮੈਂ ਇਹਨੂੰ ਮੂਹਰੇ ਵੀਡੀਓ ਬਣਾਉਣੀ ਹੁੰਦੀ ਫਿਰ ਤਾਂ ਇਹਨੇ ਕੁਝ ਨਹੀਂ ਕਰਨਾ ਹੁੰਦਾ, ਹੁਣ ਇਹ ਨੱਚਣ ਲੱਗਿਆ ਹੋਇਆ ਪਿੱਛੇ ਕੜਾ। ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ 'ਚ, ਓਕੇ ਜੀ, ਬਾਏ ਬਾਏ, ਟੇਕ ਕੇਅਰ।